देश नूं आजाद होए 74 साल दा समां बीत चुका है अते सरकारां वल्लों विकास अते आम जनता नूं सहूलतां देण दीआं वड्डीआं वड्डीआं गल्लां कीतीआं जांदीआं हन पर साडे सूबे दे बहुत सारे लोक इन्नी कु गरीबी दा जीवन बतीत कर रहे हन जिस दी इक मिसाल है समराला हल्के दे पिंड ललोड़ी कलां जिथे दी 70 साल दे करीब इक विधवा बजुर्ग माता शिंदर कौर जिस दी कोई औलाद नहीं है। ਇਹ ਮਾਤਾ ਪਿਛਲੇ 25 ਵਰ੍ਹਿਆਂ ਤੋਂ ਬਿਨਾਂ ਬਿਜਲੀ ਗੁਜ਼ਾਰਾ ਕਰ ਰਹੀ ਹੈ ਅਤੇ ਘਰ ਦੀ ਛੱਤ ਪਿਛਲੇ 2 ਸਾਲ ਤੋਂ ਗਿਰੀ ਹੋਈ ਹੈ। ਗਰੀਬੀ ਕਾਰਨ ਉਸ ਕੋਲ ਛੱਤ ਠੀਕ ਕਰਵਾਉਣ ਦੇ ਵੀ ਪੈਸੇ ਤੱਕ ਨਹੀਂ ਹਨ। ਪ੍ਰਸ਼ਾਸਨ ਨੂੰ ਵੀ ਕਈ ਵਾਰ ਲਿਖਤੀ ਗੁਹਾਰ ਲਗਾਉਣ ਦੇ ਬਾਵਜੂਦ ਵੀ ਕੋਈ ਮਦਦ ਨਹੀਂ ਮਿਲੀ। ਟੁੱਟੀ ਹੋਈ ਛੱਤ ਹੇਠਾਂ ਰਹਿਣ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਇਸ ਬਜ਼ੁਰਗ ਦੀ ਹਾਲਤ ਤੋਂ ਮੌਜੂਦਾ ਵਿਧਾਇਕ ਵੀ ਚੰਗੀ ਤਰ੍ਹਾਂ ਜਾਣਨੇ ਪਰੰਤੂ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ। ਆਓ ਤੁਹਾਨੂੰ ਵੀ ਸੁਣਾ ਦਿੰਨੇ ਆ ਕਿ ਇਸ ਬਾਰੇ ਸ਼ਿੰਦਰ ਕੌਰ ਦਾ ਕੀ ਕਹਿਣਾ ਹੈ। ਕੀ ਨਾਮ ਹੈ ਮਾਤਾ ਤੁਹਾਡਾ? ਸ਼ਿੰਦਰ ਕੌਰ ਆ ਜੀ। ਕਿੰਨੀ ਉਮਰ? 70 ਸਾਲ ਦੀ ਜੀ। ਮਾਤਾ ਕੀ ਜਿਹੜਾ ਤੁਹਾਡੇ ਘਰ ਨੂੰ ਗਿਰੇ ਨੂੰ ਕਿੰਨਾ ਚਿਰ ਹੋ ਗਿਆ? ਇਹ ਜੀ ਡਿਗੇ ਨੂੰ ਤਾਂ 10 ਸਾਲ ਹੋ ਗਏ, ਮਨ 2.5 ਸਾਲ ਹੋ ਗਏ ਪੱਕਾ ਡਿਗੇ ਨੂੰ। 2.5 ਸਾਲ ਹੋ ਗਏ ਕਿਸੇ ਨੇ ਸੁਣਵਾਈ ਨਹੀਂ ਕਰੀ ਹੈਗੀ। ਆਉਂਦੇ ਨੇ ਬਥੇਰੇ ਵੋਟਾਂ ਵਾਲੇ, ਝਾੜੂ ਵਾਲੇ ਆਉਂਦੇ ਨੇ, ਅਕਾਲੀ ਆਉਂਦੇ ਨੇ, ਕਾਂਗਰਸ ਆਉਂਦੀ ਆ, ਕੋਈ ਸਾਡੀ ਸੁਣਵਾਈ ਨਹੀਂ ਕਰਦਾ ਹੈਗਾ। ਕਹਿੰਦੇ ਨੇ ਪਾਵਾਂਗੇ, ਕੋਈ ਪੂੰਛ ਨਹੀਂ ਫੜਾਉਂਦਾ ਸਾਨੂੰ। ਅਸੀਂ ਮੈਂ ਅਮਰੀਕ ਸਿੰਘ ਢਿੱਲੋਂ ਦੇ ਹੱਥ ਵੀ ਫੜੇ ਨੇ ਜਦ ਸਾਡੀ ਧਰਮਸ਼ਾਲਾ ਚਾਹੇ ਤਾਂ ਪਿਛਲੇ ਇਲੈਕਸ਼ਨ, ਉਹਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕਰੀ। ਸਮਰਾਜ ਦਰਖਾਸਤ ਦਿੱਤੀ, ਸਾਡੀ ਕੋਈ ਸੁਣਵਾਈ ਨਹੀਂ ਕਰੀ। ਲਾਈਟ ਵੀ ਹੈਗੀ? ਨਾ ਜੀ, ਲਾਈਟ ਮੇਰੇ 25-30 ਸਾਲ ਹੋ ਗਏ, ਲਾਈਟ ਨੂੰ 25 ਸਾਲ ਤੋਂ ਵੱਧ ਹੋ ਗਏ, ਸਾਡੀ ਲਾਈਟ ਨਹੀਂ ਹੈਗੀ। ਕੀ ਕਰਨਾ, ਲਾਈਟ ਕਿਉਂ ਨਹੀਂ ਲੱਗੀ? ਉਹ ਜੀ ਮੇਰੇ ਪਹਿਲਾਂ ਪਾਪੇ ਦੇ ਨਾਲ ਉੱਥੇ ਮੀਟਰ ਲਾ ਕੇ ਲੈ ਗਏ, ਮੇਰੇ ਤੋਂ ਬਿੱਲ ਨਹੀਂ ਭਰਾ ਹੋਇਆ, ਉਹ ਲਾ ਕੇ ਲੈ ਗਏ। ਮਤਲਬ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਫਰੀ ਬਿਜਲੀ ਦਿੱਤੀ ਜਾਊਗੀ, ਤੇਰੇ ਘਰੇ ਮੀਟਰ ਵੀ ਹੈ ਨਹੀਂ? ਨਾ ਜੀ, ਨਾ ਪਾਣੀ ਦਾ ਸਾਧਨ ਆ, ਨਾ ਮੀਟਰ ਦਾ ਸਾਧਨ ਆ, ਨਾ ਮੋਦੀ ਨੇ ਸਿਲੰਡਰ ਸਭ ਨੂੰ ਵੰਡੇ ਨੇ, ਸਾਨੂੰ ਨਹੀਂ ਮਿਲਿਆ। 3 ਵਾਰੀ ਫਾਰਮ ਭਰਾ ਤੇ, ਸਾਡੇ ਆਂਢੀਆਂ ਗਵਾਂਢੀਆਂ ਕੋਈ ਵੀ ਨਹੀਂ, ਸਾਨੂੰ ਨਹੀਂ ਮਿਲਿਆ ਜੀ। ਇੱਕ ਨਾ ਸਾਨੂੰ ਕੁਛ ਨਹੀਂ ਮਿਲਿਆ। ਲੋਕਡਾਊਨ ਦੇ ਵਿੱਚ ਰਾਸ਼ਨ ਵੰਡਿਆ ਸੰਗਾਰਾ ਸਿੰਘ ਨੇ ਸਾਨੂੰ, 10 ਕਿਲੋ ਦੀ ਥੈਲੀ ਉਹਨੇ ਆਟੇ ਦੀ ਦਿੱਤੀ ਆ, ਇੱਕ ਕਿਲੋ ਛੋਲੇ, ਕਿਲੋ ਚੀਨੀ, ਸਾਨੂੰ ਹੋਰ ਕੁਛ ਨਹੀਂ ਮਿਲਿਆ ਲੋਕਡਾਊਨ 'ਚ ਵੀ। ਨਹੀਂ ਮਤਲਬ ਕਿਵੇਂ ਗੁਜ਼ਾਰਾ ਚੱਲਦਾ ਤੇਰਾ? ਮੈਂ ਜੀ ਜਾ ਕਿਸੇ ਦੇ ਕੰਮ ਕਰਨ ਜਾਂਦੀ ਹਾਂ, ਭਾਂਡੇ ਮਾਂਜਣ ਜਾਂਦੀ ਹਾਂ, ਉੱਥੋਂ ਦੁੱਧ ਲਿਆਉਂਦੇ, ਰੋਟੀ ਲਿਆਉਂਦੇ, ਦੋ ਡੰਗ ਦੀ ਆਪਦੀ। ਜੇ ਦਿਹਾੜੀ ਜਾਂਦੇ ਨੇ ਭਾਈ, ਜੇ 200 ਰੁਪਏ 250, ਉਹਦੀ ਮੈਂ ਆਪਣਾ ਰਾਸ਼ਨ ਲੈ ਲੈਂਦੀ ਹਾਂ ਨਾਲ ਹੁੰਦੇ। ਨਹੀਂ ਇਕੱਲੀ ਹੋ ਰਹਿੰਦੀ ਹਾਂ? ਹਾਂ ਜੀ, ਇਕੱਲੀ ਹੋਈ। ਜਿਹਨੂੰ ਮਰਜ਼ੀ ਨਗਰ 'ਚ ਪੁੱਛ ਲਓ। ਨਹੀਂ ਕੋਈ ਤੇਰਾ ਘਰ ਦਾ ਘਰ ਵਾਲਾ? ਨਾ ਨਾ, ਕੁਛ ਨਹੀਂ ਹੈਗਾ ਮੇਰੇ ਜਵਾਕ ਜਿਲ੍ਹਾ? ਨਾ ਜੀ ਨਾ, ਜਵਾਕ ਤੇ ਮੇਰਾ ਮਾਰ ਲਿਆ ਤੀ ਜਰਮ ਲੈ ਕੇ। ਹਾਂ, ਚਾਚੇ ਤਾਏ ਤੀ ਉਹ ਵੀ ਹੈ ਨਹੀਂ ਗੇ, ਮਾਂ ਬਾਪ ਵੀ ਹੈ ਨਹੀਂ ਗੇ। ਹੁਣ ਮੈਂ ਕਿਸੇ ਨੂੰ ਦੇਖੋ ਜੀ, ਮੈਂ ਤੰਗ ਨਹੀਂ ਕਰ ਸਕਦੀ। ਸਾਰਿਆਂ ਦੇ ਪਰਿਵਾਰ ਦੇ ਵਿੱਚ ਟੱਬਰ 'ਚ ਇਹੋ ਜਿਹੇ ਖਰਚੇ ਨੇ, ਮੈਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੀ। ਉਹ ਜੀ ਮੀਂਹ ਕਣੀ 'ਚ ਆ, ਗਵਾਂਢੀਆਂ 'ਤੇ ਪੈਂਦੀ ਹਾਂ ਮੈਂ, ਹਾਕਮ ਸਿੰਘ 'ਤੇ ਇੱਥੇ ਪੈਂਦੀ ਹਾਂ ਮੈਂ। ਨਾ ਜੀ, ਫਿਰ ਮੈਂ ਅੱਜ ਕੱਲ੍ਹ ਆ ਕੇ ਮੈਂ ਇੱਥੇ ਪੂਰੀ ਮੰਜਾ ਹੁੰਦਾ ਮੇਰਾ ਇੱਥੇ। ਹਾਂ ਜੀ, ਗਲੀ 'ਚ ਮੰਜਾ ਹੁੰਦਾ। ਸ਼ਰਾਬੀ ਕਬਾਬੀ ਕੋਈ ਮੈਨੂੰ ਮਾਰ ਵੀ ਸਕਦਾ ਜੀ, ਕੀ ਪਤਾ ਹੁੰਦਾ ਵੀ ਜੇ ਮੈਂ ਭੁੱਖੀ ਹੁੰਦੀ ਹਾਂ, ਕਈ ਵਾਰੀ ਆਂਡੀ ਗਵਾਂਢੀ ਮੈਨੂੰ ਰੋਟੀ ਦੇ ਦਿੰਦੇ ਨੇ। ਅੱਛਾ, ਹਾਂ ਜੀ। ਸਰਕਾਰ ਵੱਲੋਂ ਕੋਈ ਮਦਦ? ਨਾ ਜੀ, ਮੈਨੂੰ ਕੁਛ ਨਹੀਂ ਹੈਗਾ। 1 ਰੁਪਈਏ ਦੀ ਮੈਂ ਜ਼ਿੰਮੇਵਾਰ ਨਹੀਂ ਹੈਗੀ, ਇੰਨੀ ਮੇਰੀ ਉਮਰ ਹੋ ਗਈ, ਮੈਨੂੰ ਸਾਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਹੈਗਾ। ਸਿਲੰਡਰ ਵੀ ਹੈ ਨਹੀਂ ਤੇਰੇ ਕੋਲ? ਨਾ ਜੀ, ਮੇਰੇ ਕੋਲ ਕੁਛ ਨਹੀਂ, ਆ ਚੁੱਲ੍ਹਾ ਦੇ ਲਾ ਤੁਹਾਡੇ ਸਾਹਮਣੇ ਪਿਆ। ਉੱਥੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਵੀ ਇਸ ਨਾਲ SDM ਦਫ਼ਤਰ ਗਏ ਹਾਂ। ਉੱਥੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੰਦੇ ਹਨ ਕਿ ਹਾਲੇ ਇਸ ਦਾ ਘਰ ਬਣਾਉਣ ਲਈ ਕੁਝ ਵੀ ਪਾਸ ਨਹੀਂ ਹੋਇਆ। ਦਿੱਕਤ ਤਾਂ ਬਿਜਲੀ ਵੀ ਹੈ ਨਹੀਂ ਗੀ, ਬਾਥਰੂਮ ਵੀ ਹੈ ਨਹੀਂ, ਲੈਟਰਿੰਗ ਵੀ ਹੈ ਨਹੀਂ ਗੀ, ਗੈਸ ਚੁੱਲ੍ਹਾ ਵੀ ਹੈ ਨਹੀਂ, ਕੁਛ ਵੀ ਹੈ ਨਹੀਂ ਗੇ, ਇੱਕ ਬਸ ਜ਼ਿੰਦਗੀ ਬਸਰ ਕਰ ਰਹੀ ਹੈ। ਐਡਾ ਬੜਾ ਪਿੰਡ ਆ, ਕੋਈ ਪਿੰਡ 'ਚੋਂ ਨਹੀਂ ਮਦਦ? ਨਹੀਂ, ਕਿਸੇ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਜੀ ਇਹਨਾਂ ਨੇ। ਅੱਡੇ ਅੱਡੇ ਲੰਗਰ ਲਾ ਦਿੰਦੇ ਨੇ? ਬਸ ਲੰਗਰ ਤਾਂ ਲਾਈ ਜਾਂਦੇ ਨੇ ਜੀ, ਊਂ ਗਰੀਬ ਦੀ ਕੋਈ ਮਦਦ ਨਹੀਂ ਕਰਦਾ ਹੈਗਾ। ਸਿੰਘ ਜੀ, ਜਿਹੜੇ ਸੱਤਿਆ ਦੇਵੀ ਦਾ ਘਰ ਆ, ਕਦ ਤੋਂ ਢਿਆ ਅਤੇ ਕੀ ਇਹਨੂੰ ਦਿੱਕਤਾਂ ਨੇ? ਇਹਨੂੰ ਜੀ ਹੋ ਗਏ 2-2.5-3 ਸਾਲ ਦੇ ਕੇ ਕਰੀਬ, ਅਤੇ ਇਹਨੂੰ ਦਰਖਾਸਤਾਂ ਵੀ ਲਾਈਆਂ, ਅਸੀਂ ਆਪ ਵੀ ਜਾਂਦੇ ਰਹੇ ਦਫ਼ਤਰ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਹ ਕਹਿੰਦੇ ਨੇ ਪਾਸ ਹੋ ਕੇ ਨਹੀਂ ਆਇਆ, ਅਸੀਂ ਫਿਰ ਵਾਪਸ ਆ ਜਾਂਦੇ ਹਾਂ ਅਤੇ ਕੋਈ ਸੁਣਵਾਈ ਨਹੀਂ ਹੈਗੀ ਉੱਥੇ, ਅਸੀਂ ਉੱਦਾਂ ਹੀ ਵਾਪਸ। ਕੋਈ ਸਰਪੰਚ ਪੰਚ ਜਾਂ ਕੋਈ? ਕੋਈ ਨਹੀਂ ਸੁਣਦਾ, ਜਾਂ ਕੋਈ MLA ਜਾਂ ਹੋਰ? ਕੋਈ ਵੀ ਨਹੀਂ ਸੁਣਦਾ ਜੀ। ਕਿੰਨਾ ਕੁ ਮਾਤਾ ਦਾ ਬੁਰਾ ਹਾਲ ਹੈ? ਜ਼ਿਆਦਾ ਜੀ, 100% ਆ ਜੀ। ਕੀ ਮੰਗ ਕਰਦੇ ਹੋ? ਅਸੀਂ ਮਕਾਨ ਬਣਾਉਣਾ ਚਾਹੁੰਦੇ ਹਾਂ, ਤਾਂ ਵੀ ਮਕਾਨ ਬਣ ਜੇ, ਚੱਲ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕੇ। ਇਹਦਾ ਕੋਈ ਹਾਲ ਨਹੀਂ, ਬੁਰਾ ਹਾਲ ਆ। ਲਕਸ਼ਮਣ ਸਿੰਘ ਆ ਜੀ, ਜਿਹੜਾ ਇਹ ਮਾਤਾ ਦਾ ਕੀ ਸੱਤਿਆ ਦਾ ਕੀ ਦਿੱਕਤ ਆ, ਜਿਹੜਾ ਇਹਦਾ ਘਰ ਤੱਕ ਤਿਆ ਕੋਈ ਬਣਾਉਣ ਨਹੀਂ ਆਇਆ? ਕੀ ਹੈ? ਦੇਖੋ ਜੀ, ਮੈਂ ਤਾਂ ਭਤੀਜਾ ਜੀ, ਮੇਰੇ 3 ਬੱਚੇ ਨੇ, ਮੈਂ 400 ਦਿਹਾੜੀ ਕਮਾਉਂਦਾ, ਇਹਨੂੰ ਕੁਛ ਨਹੀਂ ਦੇ ਸਕਦਾ, ਕਿ ਮੇਰੇ ਘਰ ਦੇ ਖਰਚਾ ਪੂਰਾ ਨਹੀਂ ਹੁੰਦਾ, ਅਤੇ ਇਹਦੇ ਨਾ ਤਾਂ ਬਾਥਰੂਮ, ਨਾ ਲੈਟਰੀਨ, ਨਾ ਪਾਣੀ, ਨਾ ਲਾਈਟ,
ਜਣੀ ਸ਼ਰਮ ਦੇ ਮਾਰੇ ਮੈਂ ਵੀ ਕਦੇ ਕਦੇ ਗੇੜਾ ਮਾਰਦਾ ਜੀ ਇੱਧਰ। ਨਹੀਂ ਕੀ ਮੰਗ ਕਰਦੇ ਹੋ ਸੀ? ਮੈਂ ਤਾਂ ਇਹ ਮੰਗ ਕਰਦਾ ਵੀ ਹਾਂ ਇਹਦਾ ਘਰ ਬਾਰ ਬਣਨਾ ਚਾਹੀਦਾ, ਇਹਨੂੰ ਰਾਸ਼ਨ ਪਾਣੀ ਮਿਲਣਾ ਚਾਹੀਦਾ, ਅਤੇ ਜੋ ਇਹਦਾ ਮਾੜਾ ਮੋਟਾ ਖਰਚਾ ਆਊਗਾ ਗੌਰਮੈਂਟ ਦੇ। ਸਰਪੰਚ ਪੰਚ ਕੋਈ ਆਉਂਦਾ ਇੱਥੇ? ਕੋਈ ਨਹੀਂ ਆਉਂਦਾ ਜੀ, ਨਾ ਸਰਪੰਚ ਕੋਈ ਕਦੀ ਸੁਣਦੇ ਨੇ, ਨਾ ਬਾਤ ਆ। ਅੱਜ ਕੱਲ੍ਹ ਫੋਨ ਜਿਨ੍ਹਾਂ ਦੇ ਫੀਡ ਕਰੇ ਨੰਬਰ ਪੰਚਾਂ ਸਰਪੰਚ ਦੂਜਿਆਂ ਦੇ ਮੈਂਬਰਾਂ ਦੇ, ਉਹਨਾਂ ਦੇ ਫੋਨ ਚੱਕਦੇ ਨੇ, ਹੋਰ ਕਿਸੇ ਦਾ ਫੋਨ ਵੀ ਨਹੀਂ ਚੱਕਦੇ। ਪਿੰਡਾਂ 'ਚ ਹੋਰ ਦੇ ਕਿਸੇ ਦੇ ਮਕਾਨ ਬਣੇ ਨੇ ਇੱਥੇ ਜਿਹੜੇ ਸਰਕਾਰ ਕਹਿੰਦੀ ਆ ਬਣਾਏ ਨੇ? ਅਸੀਂ ਹੁਣ ਕੋਈ ਨਹੀਂ ਬਣਿਆ ਜੀ, ਨਾ ਜੀ ਨਾ, ਮੇਰੇ ਕੋਲ 10 ਸਾਲ ਹੋ ਗਏ ਹੋਣਗੇ, ਕੋਈ ਨਹੀਂ ਬਣਿਆ ਜੀ ਮਕਾਨ ਕਿਸੇ ਦਾ ਵੀ। ਪਹਿਲਾਂ ਕੀ ਕਹਿਣਾ, ਮਾੜੇ ਮੋਟੇ ਇੱਕ ਕਾਮਰੇਡ ਸਰਪੰਚ ਹੁੰਦਾ ਸੀ, ਉਹ ਬਣਾ ਗਿਆ ਸੀਗਾ ਜੀ। ਨਹੀਂ ਇੱਥੇ ਤਾਂ ਗੌਰਮੈਂਟ ਚੈੱਕ ਵੰਡਦੀ ਫਿਰਦੀ ਆ ਪਿੰਡਾਂ 'ਚ, ਇੰਨੇ ਨੇ ਪੈਸੇ ਦਿੱਤੇ ਜੀ, ਉਹ ਕੋਈ ਨਹੀਂ ਆਇਆ ਜੀ ਇੱਧਰ। ਉਹਦੇ ਸਮਰਾਲਾ ਦੀ VDOP ਨੇ ਕਿਹਾ ਹੈ ਕਿ ਉਹਨਾਂ ਨੇ 1 ਮਹੀਨਾ ਪਹਿਲਾਂ ਹੀ ਜੁਆਇਨ ਕੀਤਾ, ਉਹਨਾਂ ਕੋਲ ਕਿਸੇ ਪ੍ਰਕਾਰ ਦੀ ਵੀ ਕੋਈ ਐਪਲੀਕੇਸ਼ਨ ਨਹੀਂ ਆਈ ਹੈ। ਹੁਣ ਮਾਮਲਾ ਧਿਆਨ 'ਚ ਆਇਆ ਤਾਂ ਉਹ ਬਜ਼ੁਰਗ ਦੀ ਮਦਦ ਜ਼ਰੂਰ ਕਰਨਗੇ। ਦੇਖੋ ਜੀ, ਮੈਂ ਤਾਂ ਹਜੇ 1 ਮਹੀਨਾ ਹੋਇਆ ਇੱਥੇ ਜੁਆਇਨ ਕੀਤੇ ਨੂੰ, ਮੇਰੇ ਧਿਆਨ 'ਚ ਇਹੋ ਜਿਹਾ ਕੋਈ ਮਸਲਾ ਆਇਆ ਨਹੀਂਗਾ। ਅਤੇ ਬਾਕੀ ਅਸੀਂ ਇਹਦੀ ਇਨਕੁਆਇਰੀ ਕਰਾ ਲੈਂਦੇ ਹਾਂ ਜੀ, ਉਹਨੇ ਐਪਲੀਕੇਸ਼ਨ ਦਿੱਤੀ ਉਹਦੇ 'ਤੇ ਹੁਣ ਤੱਕ ਕਿਉਂ ਨਹੀਂ ਕਾਰਵਾਈ ਹੋਈ, ਜਾਂ ਜੋ ਵੀ ਉਹਨੂੰ ਸਹੂਲਤਾਂ ਦੀ ਲੋੜ ਹੈ ਤਾਂ ਜਿੱਥੋਂ ਤੱਕ ਸਾਡੀ ਸਭ ਕੋਸ਼ਿਸ਼ ਹੋਏਗੀ, ਅਸੀਂ ਆਪਣੇ ਵੱਲੋਂ ਵੀ ਸੰਭਵ ਕੋਸ਼ਿਸ਼ ਕਰਕੇ ਉਹਨੂੰ ਉਹਦੀ ਸਹੂਲਤਾਂ ਨੂੰ ਦਿਵਾਉਣ ਦੀ ਕੋਸ਼ਿਸ਼ ਕਰਾਂਗੇ। ਮੈਮ, ਜੇ ਜਿਹੜੀਆਂ ਉਹਨੇ ਐਪਲੀਕੇਸ਼ਨਾਂ ਦਿੱਤੀਆਂ ਨੇ, ਜਿਹਨੇ ਨਹੀਂ ਕਾਰਵਾਈ ਪਾਈ ਹੈਗੀ, ਜੇ ਇਹਨੇ ਕਾਰਵਾਈ ਨਹੀਂ ਪਾਈ, ਜੇ ਕੋਈ ਗਲਤੀ ਕਿਸੇ ਦੀ ਸਾਡੇ ਦਫ਼ਤਰ ਦੀ ਕੋਈ ਗਲਤੀ ਹੋਏਗੀ ਤਾਂ ਅਸੀਂ ਉਸ ਕਰਮਚਾਰੀ 'ਤੇ ਉਹਦੀ ਕਾਰਵਾਈ ਕਰਾਂਗੇ। ਮੈਡਮ ਜੀ, ਸਰਕਾਰ ਦੀਆਂ ਵੱਡੀਆਂ ਵੱਡੀਆਂ ਗੱਲਾਂ ਨੇ, ਸਾਰੇ ਵਾਅਦੇ ਕੀਤੇ ਜਾਂਦੇ ਨੇ, ਘਰ ਬਣਵਾਵਾਂਗੇ, ਸਿਲੰਡਰ ਫ੍ਰੀ ਦੇਵਾਂਗੇ, ਬਿਜਲੀ ਫ੍ਰੀ ਦੇਵਾਂਗੇ, ਪਰ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਕੁਛ ਵੀ ਨਹੀਂ ਮਿਲਿਆ, ਉਹਦੇ ਬਾਰੇ ਕੀ ਦੇਖਦੇ ਹੋ ਤੁਸੀਂ? ਦੇਖੋ ਜੀ, ਜੇ ਉਹਨੂੰ ਕੋਈ ਸਹੂਲਤ ਨਹੀਂ ਮਿਲੀ ਤਾਂ ਗਲਤੀ ਕਿਤੇ ਨਾ ਕਿਤੇ ਤਾਂ ਗਲਤੀ ਕਿਸੇ ਦੀ ਹੈ ਹੀ ਹੈ ਜੀ। ਜੇ ਉਹਨੂੰ ਸਹੂਲਤ ਨਹੀਂ ਮਿਲੀ, ਜਿਹੜੀਆਂ ਸਹੂਲਤਾਂ ਦੀ ਉਹਨੂੰ ਲੋੜ ਸੀ ਉਹਨੂੰ ਦੇਣੀਆਂ ਚਾਹੀਦੀਆਂ ਸੀ। ਅਸੀਂ ਇਹ ਕੋਸ਼ਿਸ਼ ਕਰਾਂਗੇ, ਇਹਦੇ 'ਚ ਅਸੀਂ ਇਨਕੁਆਇਰੀ ਵੀ ਕਰਾਂਗੇ ਵੀ ਕਿ ਪੰਚਾਇਤ ਨੇ ਕਿਉਂ ਉਹਦੇ 'ਤੇ ਕਾਰਵਾਈ ਕਿਉਂ ਨਹੀਂ ਕੀਤੀ। ਮੈਮ, ਇੱਕ ਤਾਂ ਗਰੀਬ ਪਰਿਵਾਰ, ਦੂਸਰੀ ਉੱਪਰੋਂ ਸੀਨੀਅਰ ਸਿਟੀਜ਼ਨ, 70 ਸਾਲ ਦੀ ਬਜ਼ੁਰਗ, ਕਿਵੇਂ ਦੇਖਦੇ ਹੋ ਵੀ ਸੀਨੀਅਰ ਸਿਟੀਜ਼ਨ ਨੂੰ ਇਹ ਜਿਹੜੀਆਂ ਸਹੂਲਤਾਂ ਉਹ ਮੁਹੱਈਆ ਨਹੀਂ ਹੋਈਆਂ, ਕਾਰਵਾਈ ਪੰਚਾਇਤ 'ਤੇ ਹੋਣੀ ਲਾਜ਼ਮੀ ਨਹੀਂ ਗੀ? ਲਾਜ਼ਮੀ ਹੈ। ਕੀ ਕਾਰਵਾਈ ਹੋਊਗੀ ਮੈਮ ਜਿਹੜੀ ਪੰਚਾਇਤ ਜਾਂ ਫਿਰ ਪੰਚਾਇਤ ਸੈਕਟਰੀ 'ਤੇ ਜਿਹੜਾ ਮੌਕਾ ਉੱਥੇ ਦਾ ਅਫਸਰ? ਦੇਖੋ ਜੀ, ਜਿਹਦਾ ਵੀ ਕੋਈ ਫਾਲਟ ਨਿਕਲੇਗਾ ਅਸੀਂ ਇਨਕੁਆਇਰੀ ਕਰਾਂਗੇ, ਮੈਂ ਆਪ ਜਾ ਕੇ ਮੌਕਾ ਦੇਖ ਕੇ ਆਊਂਗੀ ਜੀ। ਜਿਹਦਾ ਵੀ ਕੋਈ ਫਾਲਟ ਨਿਕਲੇਗਾ ਜੋ ਬਣਦੀ ਕਾਰਵਾਈ ਕੀਤੀ ਜਾਏਗੀ। ਅਤੇ ਜਿਹੜਾ ਮੈਡਮ ਉਹਦੇ ਜਿਹੜਾ ਘਰ ਜਾਂ ਹੋਰ ਉਹਦੀ ਕਿਵੇਂ ਉਹਨੂੰ ਕੋਈ ਕਦ ਤੱਕ ਇਹ ਜਿਹੜੀਆਂ ਦਵਾਈਆਂ ਜਾਊਗੀਆਂ ਜਿਹੜੀਆਂ? ਕੋਸ਼ਿਸ਼ ਕਰਾਂਗੇ ਜੀ ਜਲਦੀ ਤੋਂ ਜਲਦੀ ਉਹਨੂੰ ਇਹ ਸਹੂਲਤਾਂ ਮਿਲ ਜਾਣ, ਪਹਿਲੇ ਆਧਾਰ 'ਤੇ ਕੋਸ਼ਿਸ਼ ਕਰਾਂਗੇ ਕੰਮ ਕਰਨ ਦੀ। ਫਿਲਹਾਲ ਪ੍ਰਸ਼ਾਸਨ ਦੀ ਨਜ਼ਰ ਵਿੱਚ ਇਹ ਮਾਮਲਾ ਆ ਚੁੱਕਿਆ ਹੈ, ਹੁਣ ਦੇਖਣਾ ਇਹ ਹੋਵੇਗਾ ਕਿ ਇਸ ਬਜ਼ੁਰਗ ਮਹਿਲਾ ਦੀ ਮਦਦ ਕਦੋਂ ਤੱਕ ਕੀਤੀ ਜਾਂਦੀ ਹੈ। ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ।